ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸਿਵਲ ਹਸਪਤਾਲ ਫਲੋਰ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਫਾਈ ਕਰਮਚਾਰੀ ਹਸਪਤਾਲ ਦੇ ਬਾਥਰੂਮ ਸਾਫ਼ ਕਰ ਰਿਹਾ ਸੀ ਤਾਂ ਇੱਕ ਬਾਥਰੂਮ ਦਾ ਦਰਵਾਜ਼ਾ ਬੰਦ ਸੀ ਅਤੇ ਅੰਦਰੋਂ ਬਦਬੂ ਆ ਰਹੀ ਸੀ ਤਾਂ ਸਫਾਈ ਕਰਮਚਾਰੀ ਨੇ ਤੁਰੰਤ ਇਸ ਦੀ ਸੂਚਨਾ SMO ਜਤਿੰਦਰ ਸਿੰਘ ਨੂੰ ਦਿੱਤੀ। ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਜਿਸ ਦੀ ਪਹਿਚਾਣ ਸੁਖਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਡੱਲੇਵਾਲ ਗੁਰਾਇਆਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਲੱਤ ਅਤੇ ਬਾਂਹ 'ਤੇ ਟੀਕੇ ਦੇ ਨਿਸ਼ਾਨ ਸਨ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਆਪਣੀ ਅਗਲੀ ਕਾਰਵਾਈ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੋਂ ਬਾਅਦ ਸ਼ੁਰੂ ਕਰੇਗੀ। ਇਹਦੇ ਵਿੱਚ ਅੱਜ ਸਵੇਰੇ ਹੀ ਜਿਹੜਾ ਸਾਡਾ ਸਫਾਈ ਕਰਮਚਾਰੀ ਹੈਗੇ ਆ ਉਹ ਸਾਰੇ ਵਾਸ਼ਰੂਮ ਜਿਹੜੇ ਆ ਉਹ ਸਵੇਰੇ ਅਰਲੀ ਜਿਹੜੇ ਸਾਫ਼ ਕੀਤੇ ਜਾਂਦੇ ਆ। ਐਮਰਜੈਂਸੀ ਵਾਲੇ ਵਾਸ਼ਰੂਮ ਦੀ ਜਦੋਂ ਲੜਕਾ ਸਫਾਈ ਕਰਨ ਗਿਆ ਅਤੇ ਉਹਨੇ ਵਾਸ਼ਰੂਮ ਦੇ ਐਂਟਰੈਂਸ ਤੋਂ ਬਿਲਕੁਲ ਐਕਸਟ੍ਰੀਮ ਐਂਡ ਦੇ ਉੱਤੇ ਜਿਹੜਾ ਵਾਸ਼ਰੂਮ ਸੀਗਾ ਟੋਇਲਟ ਸੀਗੀ ਜਦੋਂ ਉਹਦਾ ਡੋਰ ਖੋਲ੍ਹ ਕੇ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਦਰੋਂ ਕੁੰਡੀ ਲੱਗੀ ਆਈ ਔਰ ਉੱਥੋਂ ਫੋਨ ਸਮੈਲ ਆਉਂਦੀ ਸੀਗੀ ਅਤੇ ਉਹਨਾਂ ਫਿਰ ਉਸੇ ਵੇਲੇ ਐਮਰਜੈਂਸੀ ਮੈਡੀਕਲ ਅਫਸਰ ਨੂੰ ਨਰਸਿੰਗ ਸਿਸਟਮ ਦੱਸਿਆ ਅਤੇ ਉਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ। ਮੈਂ ਤੁਰੰਤ ਉਹਨਾਂ ਨੂੰ ਕਿਹਾ ਕਿ ਵਾਸ਼ਰੂਮ ਜਿਹੜਾ ਆ ਇਹਨੂੰ ਜਿਹੜਾ ਇੱਥੇ ਕਿਸੇ ਨੂੰ ਹੁਣ ਅੰਦਰ ਨਾ ਜਾਣ ਦਿਓ। ਆਈ ਇਨਫੋਰਮ ਦਾ SHO ਐਂਡ DSP ਸਾਹਿਬ SHO ਨਾਲ ਮੇਰੀ ਗੱਲ ਨਹੀਂ ਹੋ ਸਕੀ, ਉਹਨਾਂ ਦਾ ਬਿਜ਼ੀ ਫੋਨ। DSP ਸਾਹਿਬ ਨੂੰ ਮੈਂ ਤੁਰੰਤ ਜਾਣਕਾਰੀ ਦਿੱਤੀ, ਜਿਹੜੀ ਪੁਲਿਸ ਮੌਕੇ 'ਤੇ ਆ ਗਈ ਹੈਗੀ ਆ ਅਤੇ ਮੈਨੂੰ ਜਾਣਕਾਰੀ 'ਚ ਆਇਆ ਕਿ ਉਹ ਬੰਦਾ ਆਈਡੈਂਟੀਫਾਈਡ ਹੋ ਗਿਆ, ਸੁਖਪ੍ਰੀਤ ਸਿੰਘ ਏਲੀਅਸ ਰਾਜਾ ਸਨ ਆਫ ਬਲਵਿੰਦਰ ਸਿੰਘ ਹੈਗਾ ਆ, ਪਿੰਡ ਉਹਨਾਂ ਦਾ ਡੱਲੇਵਾਲ ਆ। ਅਤੇ ਇਹ ਵੀ ਧਿਆਨ 'ਚ ਆਇਆ ਕਿ ਉਹ ਪਹਿਲੇ ਸਾਡੇ OST ਸੈਂਟਰ ਤੋਂ ਦਵਾਈ ਜਿਹੜਾ ਲੈਂਦਾ ਹੁੰਦਾ ਸੀਗਾ ਨਸ਼ਾ ਛੱਡਣ ਲਈ, ਪਰ ਪਿਛਲੇ ਮਾਰਚ ਮਹੀਨੇ ਤੋਂ ਉਹ ਨਹੀਂ ਆਇਆ, ਡਰੋਪ ਆਊਟ ਦੇ ਵਿੱਚ ਸੀਗਾ। ਅਤੇ ਉਹਦੀ ਜਿਹੜੀ ਬੋਡੀ ਸਾਨੂੰ ਜਿਹੜੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਈ ਹੈ ਅਤੇ ਜੋ ਪੁਲਿਸ ਦੇ ਕਾਨੂੰਨੀ ਕਾਰਵਾਈ ਲੱਗਦਾ ਸਰ ਡੈਥ ਦਾ ਕਾਰਨ ਕੀ ਲੱਗਦਾ? ਦੇਖੋ, ਜਿਵੇਂ ਉਹਦੀ ਹਿਸਟਰੀ ਨਸ਼ੇ ਦਾ ਪ੍ਰਭਾਵਿਤ ਸੀਗਾ, ਦਵਾਈ ਵੀ ਲੈਂਦਾ ਸੀ, ਛੱਡ ਚੁੱਕਾ ਸੀਗਾ, ਹੁਣ ਬਾਅਦ ਵਿੱਚ ਪੋਸਟਮਾਰਟਮ ਪੁਲਿਸ ਦੇ ਰਿਕੁਆਇਰਮੈਂਟ ਮੁਤਾਬਕ ਕਰਕੇ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਸਕਦੇ ਹਾਂ ਕਿ ਮੌਤ ਦਾ ਕਾਰਨ ਜਿਹੜਾ ਹੈ ਉਹ ਕੀ ਹੈਗਾ। ਤਾਂ ਲੱਗਦਾ ਜਿਵੇਂ 2-3 ਦਿਨ ਹੋ ਗਏ ਹੋਣ, ਬਟ ਹੁਣ ਦੇਖਦੇ ਹਾਂ ਵੀ ਮੈਡੀਕਲ ਕਰਾ ਕੇ ਕਿਵੇਂ ਡੈਥ ਹੋਈ ਆ। ਲੇਕਿਨ ਬੰਦਾ ਸਰ ਉਹਦੇ ਹੱਥ 'ਚ ਸਿਰਿੰਜਾਂ ਫੜੀਆਂ ਹੋਈਆਂ ਸੀ, ਸਿਰਿੰਜ ਮੈਂ ਤਾਂ ਨਹੀਂ ਦੇਖੀ ਤਾਂ ਕਿ ਮੈਂ ਅੰਦਰ ਵੀ ਗਿਆ ਜੀ, ਉੱਥੇ ਸਿਰਿੰਜ ਹੈ ਨਹੀਂ ਸੀ ਕੋਈ, ਬਟ ਦੇਖਦੇ ਹਾਂ ਹੁਣ ਮੈਡੀਕਲ 'ਚ ਪਤਾ ਲੱਗ ਜੂਗਾ। ਸਰ ਪਤਾ ਪੋਸਟਮਾਰਟਮ ਕਰਾਵਾਂਗੇ, ਪਤਾ ਲੱਗਾ ਕਿੱਥੋਂ ਆ ਕਿੱਥੇ ਦਾ ਇਹ? ਹਾਂ, ਡੱਲੇਵਾਲ ਪਿੰਡ ਪੈਂਦਾ ਗੁਰਾਂ 'ਚ, ਉੱਥੋਂ ਦਾ ਹੈਗਾ। ਕਿੰਨੇ ਦਿਨਾਂ ਦਾ ਲਾਪਤਾ ਸੀ ਇਹ? ਦਵਾਈ ਲੈਣ ਆਇਆ ਕੱਲ੍ਹ। ਹਾਂਜੀ, ਕੱਲ੍ਹ ਪਰਸੋਂ ਦਵਾਈ ਲੈਣ ਆਇਆ, ਕਹਿੰਦੇ ਪੇਰੈਂਟਸ ਦੱਸਦੇ ਘਰ ਦੇ ਉਹਨਾਂ ਨੂੰ ਦਵਾਈ ਲੈਣ ਵਾਸਤੇ ਆਇਆ ਸੀ ਅਸੀਂ ਬਿਲਾਸਪੁਰ ਦੇ। ਇਨਫੋਰਮੇਸ਼ਨ ਕਿੱਦਾਂ ਪਤਾ ਲੱਗੀ? ਇਹ ਤਾਂ ਬ੍ਰਦਰ ਲੱਭਦਾ ਆਇਆ ਸੀ, ਸਾਨੂੰ ਦੱਸ ਰਿਹਾ ਸੀਗਾ ਮੇਰਾ ਬ੍ਰਦਰ ਦਵਾਈ ਲੈਣ ਆਇਆ ਸੀ, ਧਿਆਨ ਰੱਖੋ, ਸਾਨੂੰ ਦੱਸ ਕੇ ਵੀ ਗਿਆ ਸੀਗਾ। ਕੀ ਕਾਰਵਾਈ ਹੈ ਹੁਣ? ਕਾਰਵਾਈ ਜਿਹੜਾ ਪਹਿਲਾਂ ਪੋਸਟਮਾਰਟਮ ਕਰਾਂਗੇ, ਆਫਟਰ ਪੋਸਟਮਾਰਟਮ ਫਿਰ ਕਾਰਵਾਈ ਹੁੰਦੀ ਹੈ। ਡੈਥ ਦਾ ਕਾਰਨ ਕੀ ਲੱਗਦਾ? ਡੈਥ ਦਾ ਕਾਰਨ ਤਾਂ ਦੇਖਣ ਨੂੰ ਤਾਂ ਲੱਗਦਾ ਵੀ ਜਿਵੇਂ ਗਰਮੀ ਬਹੁਤ ਹੋਈ, ਗਰਮੀ ਦੇ ਤਾਪ ਅੰਦਰ ਮਤਲਬ ਗਰਮੀ ਦੇ ਨਾਲ ਡੈਥ ਹੋ ਗਈ ਜਾਂ ਅਟੈਕ ਟੂਕ ਹੋ ਗਿਆ। ਇੱਥੇ ਜਿਹੜੇ ਮੁੰਡਿਆਂ ਨਾਲ ਘੁੰਮਦਾ ਸੀ ਉਹਨਾਂ ਨੇ ਦੱਸਿਆ ਕੁਛ ਇੱਦਾਂ ਲੱਗਦਾ ਵੀ ਜਿੱਦਾਂ ਮਤਲਬ ਨਹੀਂ ਨਾਲ ਘੁੰਮਦਾ, ਕੋਈ ਨਾਲ ਦਾ ਘੁੰਮਦਾ ਕੋਈ ਬੰਦਾ ਮਿਲਿਆ ਨਹੀਂ। ਮੇਰੇ ਘਰ ਦਾ ਮਿਹਨਤ ਮਜ਼ਦੂਰੀ ਕਰਨ ਵਾਲਾ ਵਧੀਆ ਜਵਾਨ ਹੁੰਦਾ ਸੀ।